ਦੱਸਿਓ ਆਪਣਾ ਕਾਹਦੇ ਵਾਸਤੇ ਅੱਜ ਆਪਾਂ ਇਕੱਠੇ ਹੋਏ? ਅੱਜ ਅਸੀਂ ਜਿਹੜਾ ਸਾਡੇ ਭਾਰਤੀ ਜਨਤਾ ਪਾਰਟੀ ਵਿੱਚ ਵੱਲੋਂ ਮੈਂਬਰਸ਼ਿਪ ਅਭਿਆਨ ਜਿਹੜਾ ਚੱਲ ਰਿਹਾ, ਅਸੀਂ ਅੱਜ ਉਹਦੀ ਮੈਂ ਸ਼ੁਰੂਆਤ ਆਪਣੇ ਪਿੰਡ ਤੋਂ ਆਪਣੀ ਮਾਤਾ ਨੂੰ ਪਹਿਲੇ ਮੈਂਬਰ ਬਣਾ ਕੇ ਸ਼ੁਰੂਆਤ ਕੀਤੀ ਹੈ। ਉਸੇ ਸੰਬੰਧ ਮੇਰੇ ਪਿੰਡ ਨਿਵਾਸੀ ਅਤੇ ਮੇਰੇ ਨਾਲ ਸਾਡੇ ਮੰਡਲ ਪ੍ਰਧਾਨ ਬਿੱਲਾ ਆਪਣੇ ਵਿਜੇ ਕਸ਼ਵ ਜੀ ਬਿੱਲਾ ਜੀ ਅਤੇ ਸਾਡੇ ਜਨਰਲ ਸੈਕਟਰੀ ਅਲੋਕ ਰਾਣਾ ਜੀ, ਸਾਡੇ ਬੀਸੀ ਮੋਰਚਾ ਦੇ ਪ੍ਰਧਾਨ ਸਾਡੇ ਸਤਪਾਲ ਜੀ ਅਤੇ ਸਾਡੇ ਐਸਸੀ ਮੋਰਚਾ ਦੇ ਪ੍ਰਧਾਨ ਡਾਕਟਰ ਸੋਨੂੰ ਜੀ, ਇਹ ਵੀ ਪਾਰਟੀ ਦੇ ਸਾਰੇ ਨੁਮਾਇੰਦੇ ਇਕੱਠੇ ਹੋਏ ਆ। ਸੋ ਅਸੀਂ ਅੱਜ ਇੱਥੇ ਮੈਂ ਆਪਣੇ ਪਿੰਡ ਤੋਂ ਹੀ ਜਿਹੜੀ ਹੈ ਮੈਂਬਰਸ਼ਿਪ ਸਦੱਸਿਆ ਅਭਿਆਨ ਦਾ ਜਿਹੜਾ ਸ਼ੁਰੂਆਤ ਕੀਤੀ ਹੈ। ਔਰ ਮੈਨੂੰ ਸਾਰਿਆਂ ਨੇ, ਮੇਰੇ ਪਿੰਡ ਵਾਸੀਆਂ ਨੇ ਅਤੇ ਮੇਰੀ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਕਾਰਜਕਰਤਾ ਹੈਗੇ, ਸਾਰੇ ਲੀਡਰ ਹੈਗੇ ਨੇ, ਇਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਵੱਧ ਤੋਂ ਵੱਧ ਮੈਂਬਰ ਬਣਾ ਕੇ ਇੱਕ ਭਾਰਤੀ ਪਾਰਟੀ ਵਿੱਚ ਆਪਣੇ ਮੰਡਲ ਦੀ ਜਿਹੜੀ ਹੈ ਆਪਣੀ ਵੱਧ ਤੋਂ ਵੱਧ ਮੈਂਬਰ ਬਣਾ ਕੇ ਮੰਡਲ ਦੀ ਜਿਹੜੀ ਹੈ ਜਿੱਤ ਆਪਾਂ ਹਾਸਲ ਕਰਾਂਗੇ, ਦਰਜ ਕਰਾਂਗੇ। ਸੋ ਗੱਲ ਮੈਂ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਗੱਲ ਜਿਹੜੀ ਮੈਂਬਰ ਬਣਨ ਦੀ ਨਹੀਂ ਹੈਗੀ, ਇਹ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪਰਿਵਾਰ ਹੈ ਉਹਦੇ 'ਚ ਵਾਧਾ ਹੋ ਰਿਹਾ। ਇਹ ਕੋਈ ਅਭਿਆਨ ਨਹੀਂ ਕਹਿ ਸਕਦੇ ਆਪਾਂ, ਇਹ ਇੱਕ ਅਭਿਆਨ ਹੈ, ਇਹ ਅਭਿਆਨ ਨਹੀਂ ਹੈ, ਇਹ ਭਾਰਤੀ ਜਨਤਾ ਪਾਰਟੀ ਦਾ ਇੱਕ ਪਰਿਵਾਰ ਹੈ। ਔਰ ਸਾਰੇ ਮੇਰੇ ਨਗਰ ਨਿਵਾਸੀ ਜਿਹੜੇ ਆਪਣੇ ਆਪ ਨੂੰ ਇਸ ਪਰਿਵਾਰ ਦਾ ਮੈਂਬਰ ਮੰਨਦੇ ਨੇ, ਇਹਨਾਂ ਨੇ ਸਾਰਿਆਂ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਸਾਰੇ ਹੀ ਭਾਰਤੀ ਜਨਤਾ ਪਾਰਟੀ ਜਿਹੜੇ ਹੈ ਉਹ ਮੈਂਬਰ ਬਣ ਕੇ ਸਦੱਸਿਆ ਲਵਾਂਗੇ। ਸੋ ਮੈਨੂੰ ਬੜੀ ਖੁਸ਼ੀ ਦੀ ਔਰ ਮਾਣ ਦੀ ਗੱਲ ਹੈ ਕਿ ਸਾਡਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇੱਕ ਪਰਿਵਾਰ ਹੈ ਬਹੁਤ ਹੀ ਅੱਗੇ ਵੱਧ ਰਿਹਾ ਹੈ, ਕਿਉਂਕਿ ਪਹਿਲਾਂ ਵੀ ਸਾਡੇ ਤਕਰੀਬਨ ਦੇਸ਼ ਲੈਵਲ 'ਤੇ ਸਾਡਾ 17 ਕਰੋੜ ਮੈਂਬਰ ਜਿਹੜਾ ਬਣਿਆ ਸੀਗਾ ਔਰ ਪੰਜਾਬ ਦੇ ਵਿੱਚ ਲਗਭਗ 37 ਲੱਖ ਦੇ ਕਰੀਬ ਜਿਹੜਾ ਮੈਂਬਰ ਬਣਿਆ ਸੀ। ਸੋ ਇਸ ਵਾਰ ਜਿਹੜੀ ਹੈ ਹੋਰ ਵੀ ਬਹੁਤ ਭਾਰੀ ਵਾਧਾ ਹੋਊਗਾ ਸਾਡੇ ਪਰਿਵਾਰ ਦੇ ਵਿੱਚ। ਸੋ ਸਾਡਾ ਇੱਕ ਪਰਿਵਾਰ ਦਾ ਇਹ ਪਰਿਵਾਰ ਦਾ ਵਾਧਾ ਹੈ, ਇਹ ਪਰਿਵਾਰ ਦਾ ਵਾਧਾ ਹੋ ਰਿਹਾ, ਆਪਾਂ ਇਹਨੂੰ ਮੈਂਬਰਸ਼ਿਪ ਅਭਿਆਨ ਨਹੀਂ ਕਹਿ ਸਕਦੇ, ਇਹ ਇੱਕ ਪਰਿਵਾਰ ਦੀ ਮੈਂਬਰਸ਼ਿਪ ਹੈ। ਸੋ ਮੇਰੀ ਪਿੰਡ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਇੱਕ ਬਹੁਤ ਬੜੇ ਪਰਿਵਾਰ ਦੇ ਨਾਲ ਜੁੜ ਰਹੇ ਹੋ, ਜਿਹੜੇ ਕਿ ਦੁਨੀਆਂ ਦੀ ਸਾਡੀ ਭਾਰਤੀ ਜਨਤਾ ਪਾਰਟੀ ਹੈ ਉਹ ਇਸ ਵੇਲੇ ਦੇਸ਼ ਦੀ ਨੰਬਰ 1 ਜਿਹੜੀ ਲੋਕਤੰਤਰ ਪਾਰਟੀ ਹੈ ਔਰ ਸਾਡੇ ਪਿੰਡ ਵਾਸੀ ਇਸ ਪਾਰਟੀ ਦੇ ਮੈਂਬਰ ਬਣ ਰਹੇ। ਮੈਂ ਇਸ ਲਈ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ, ਉਹ ਆਸ ਕਰਦਾ ਹਾਂ ਮੇਰੇ ਮੁੰਡੇ ਨਾਲ ਮੁੰਡਾ ਬਣਾ ਕੇ ਕੰਮ ਕਰਨਗੇ। ਜੈ ਹਿੰਦ। ਸਾਨੂੰ ਬਹੁਤ ਬੜੀ ਸਾਡੇ ਜਿਹੜੇ ਮੰਡਲ ਹੈ ਵੀਤ ਮੰਡਲ, ਪਹਿਲਾਂ ਤਾਂ ਸਾਨੂੰ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਸਾਡੀ ਮਿਸਕਾਲ ਜਿਹੜੀ ਸਕੀਮ ਹੈ ਸੈਂਟਰ ਸਰਕਾਰ ਵੱਲੋਂ ਚਲਾਈ ਗਈ ਹੈ ਮੈਂਬਰ ਬਣਾਉਣ ਦੀ, ਉਹਦੇ ਵਿੱਚ ਸਾਡੇ ਜਿਹੜੇ ਹਲਕੇ ਤੋਂ ਪ੍ਰਦੀਪ ਰੰਗੀਲਾ ਜੀ ਅਤੇ ਰਾਣਾ ਜੀ ਇਸ ਸਕੀਮ ਦੇ ਹਲਕਾ ਇੰਚਾਰਜ ਲਾਏ ਗਏ ਜਿਹੜੇ ਗੜ੍ਹ ਸਿੰਘ ਹਲਕੇ ਦੀ। ਦੇਖੋ ਇਹ ਤਾਂ ਬਹੁਤ ਬੜੀ ਗੱਲ ਹੈ ਸਾਡੇ ਇਲਾਕੇ ਲਈ। ਇੱਕ ਅਸੀਂ ਸਵੇਰਾ ਮੰਡਲ ਵੱਲੋਂ ਪ੍ਰੋਗਰਾਮ ਕੀਤਾ ਹੈ ਬਵਾਲ, ਜਿਹੜਾ ਦੂਜਾ ਪ੍ਰੋਗਰਾਮ ਉਹ ਰਾਣੇ ਹੁਣੀ ਆਪਣੇ ਘਰ 'ਤੇ ਅੱਜ ਜਿਹੜਾ ਹਲਕੇ ਗੜ੍ਹ ਸ਼ੰਕਰ ਦਾ ਇੰਚਾਰਜ ਹੋਣ ਦੇ ਲਾਣ 'ਤੇ ਅੱਜ ਨਹੀਂ ਆਪਣੇ ਪਿੰਡ ਤੋਂ ਆਪਣੀ ਮਾਂ ਨੂੰ ਮੈਂਬਰ ਬਣਾ ਕੇ ਜਿਹੜਾ ਇਹ ਪ੍ਰੋਗਰਾਮ ਇਹ ਚਾਲੂ ਕੀਤਾ ਗਿਆ। ਅਸੀਂ ਇਹ ਰਾਣਾ ਜੀ ਨੂੰ ਦੱਸਦੇ ਹਾਂ ਸਾਡੇ ਜਿਹੜੀ ਟੀਮ ਹੈ ਜਿਹੜੀ ਹਲਕਾ ਇੰਚਾਰਜ ਦੇ ਲੱਗਣ ਸਾਡੇ ਵੱਲੋਂ ਵਧਾਈ ਹੈ, ਜਿਹੜੀ ਤੁਹਾਨੂੰ ਮੈਂਬਰਸ਼ਿਪ ਦੀ ਗੱਲ ਹੈ। ਅਸੀਂ ਇਹਨਾਂ ਦੱਸ ਸਕਿਆ ਸਾਡੇ 40 ਦੇ ਲਗਭਗ ਪਿੰਡ ਹੈ, ਅਸੀਂ ਹਰੇਕ ਪਿੰਡ ਦੇ ਵਿੱਚ ਕੱਲ੍ਹ ਤੋਂ ਜਿੰਨੀ ਵੀ ਸਾਡੀ ਟੀਮ ਹੈ ਅਸੀਂ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਹਰੇਕ ਪਿੰਡ ਦੇ ਵਿੱਚ ਜਿਹੜੀ ਮੈਂਬਰਸ਼ਿਪ ਹੈ ਹਰੇਕ ਬੰਦੇ ਨੂੰ ਕਹਿਤਾ ਵੀ 100-100 ਮੈਂਬਰ ਬਣਾ ਕੇ ਦੇਣਾ ਹੈ। ਅਸੀਂ ਰਾਣਾ ਜੀ ਨੂੰ ਹਲਕਾ ਇੰਚਾਰਜ ਲੱਗਣ 'ਤੇ ਮੈਂ ਆਪਣੇ ਮੰਡਲ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ।